ਬਲਦੇਵ ਸਿੰਘ ਦੀ ਪੁਸਤਕ ਭਵਿੱਖ ਦੇ ਵਾਰਸ ਅਤੇ ਹੋਰ ਕਹਾਣੀਆਂ ਦੀ ਕਹਾਣੀ ਹੈ ਹੰਝੂਆਂ ਵਿੱਚ ਤੈਰਦੇ ਸੁਪਨੇ। ਦਰਬਾਨ ਦੇ ਦਬਕੇ ਨਾਲ ਦੋਵੇਂ ਤ੍ਰਭਕ ਗਈਆਂ ਅਤੇ ਡਰ ਕੇ ਪਿੱਛੇ ਹਟ ਗਈਆਂ, ਇੱਕ ਦੂਜੀ ਵੱਲ ਝਾਕੀਆਂ। ਅਣਵਾਹੇ ਰੁੱਖੇ ਵਾਲਾਂ ਨੂੰ ਪਿਛਾਂ ਕੀਤਾ ਅਤੇ ਨਿੱਕੀ ਕੁੜੀ ਦੇ ਹੱਥ 'ਚੋਂ ਛੁੱਟ ਕੇ ਪਰੇ ਰਿੜ ਗਈ ਸਿਲਵਰ ਦੀ ਬਾਟੀ ਵੱਲ ਤੱਕਣ ਲੱਗੀਆਂ। ਇੰਨੇ 'ਚ ਹੱਥ 'ਚ ਲੰਮੀ ਫੜੀ ਡਾਂਗ ਵਾਲੇ ਦਰਬਾਨ ਨੇ ਖਿੱਝ ਕੇ ਬਾਟੀ ਕੋਲ ਜਾ ਕੇ ਪੈਰ ਨਾਲ ਕਿੱਕ ਮਾਰੀ ਅਤੇ ਬਾਟੀ ਰਿੜਦੀ ਖੜਕਦੀ ਸੜਕ ਦੇ ਪਰਲੇ ਪਾਸੇ ਚਲੀ ਗਈ। ਦੋਵੇਂ ਕੁੜੀਆਂ ਬਾਟੀ ਦੇ ਪਿੱਛੇ ਦੌੜੀਆਂ ਤਾਂ ਇੱਕ ਤੇਜ਼ ਆਉਂਦੀ ਕਾਰ 'ਚੋਂ ਅਚਾਨਕ ਵੱਜੇ ਬ੍ਰੇਕਾਂ ਦੀਆਂ ਚੀਕਾਂ ਦੇ ਨਾਲ ਗਾਲਾਂ ਦੀਆਂ ਝਿੜਕਾਂ ਵੀ ਸੁਣੀਆਂ। ਬਾਟੀ ਚੁੱਕਦੀਆਂ ਦੋਵੇਂ ਕੁੜੀਆਂ ਸਹਿਮ ਗਈਆਂ ਅਤੇ ਮੈਰਿਜ ਪੈਲੇਸ ਦੇ ਮੁੱਖ ਦੁਆਰ ਤੋਂ ਥੋੜ੍ਹਾ ਹਟ ਕੇ ਖੜ ਗਈਆਂ। ਨਿੱਕੀ ਕੁੜੀ 6 ਸਾਲਾਂ ਦੀ ਜਾਪਦੀ ਹੈ, ਵੱਡੀ ਕੁੜੀ ਉਸ ਨਾਲੋਂ 2-2.5 ਸਾਲ ਵੱਡੀ ਹੋਏਗੀ। ਨੈਣ ਨਕਸ਼ 'ਤੇ ਦੋਵੇਂ ਕੁੜੀਆਂ ਭੈਣਾਂ ਲੱਗਦੀਆਂ ਹਨ। ਨਿੱਕੀ ਕੁੜੀ ਨੇ ਘੱਗਰੇ ਵਰਗਾ ਕਸਮੈਲਾ ਜਿਹਾ ਲਹਿੰਗਾ ਬੰਨਿਆ ਹੋਇਆ, ਉੱਪਰ ਥਾਂ ਥਾਂ ਤੋਂ ਪਾਟਿਆ ਕਮੀਜ਼ ਹੈ, ਲਹਿੰਗਾ ਵੀ ਕਈ ਥਾਵਾਂ ਤੋਂ ਪਾਟਿਆ ਹੋਇਆ ਹੈ। ਲਹਿੰਗੇ 'ਤੇ ਲਾਉਣ ਨੂੰ ਲੱਗਿਆ ਗੋਟਾ ਕਾਲਾ ਹੋ ਗਿਆ। ਇੰਝ ਲੱਗਦਾ ਜਿਵੇਂ ਕਿਸੇ ਅਮੀਰ ਘਰ ਦੀ ਲੜਕੀ ਨੇ ਕਿਸੇ ਵਿਆਹ ਸਮੇਂ ਜਾਂ ਆਪਣੇ ਬਰਥਡੇ ਉੱਪਰ ਸਵਾਇਆ ਹੋਏਗਾ। ਫਿਰ ਉਹ ਲੜਕੀ ਇੰਨੀ ਵੱਡੀ ਹੋ ਗਈ ਕਿ ਲਹਿੰਗਾ ਛੋਟਾ ਹੋ ਗਿਆ ਹੋਏਗਾ। ਪਹਿਲਾਂ ਘਰ ਦੀਆਂ ਹੋਰ ਲੜਕੀਆਂ ਨੇ ਹੰਢਾਇਆ ਹੋਏਗਾ ਅਤੇ ਹੁਣ ਤਰਸ ਵਜੋਂ ਇਹਨਾਂ ਨੂੰ ਦੇ ਦਿੱਤਾ ਹੋਏਗਾ ਜਾਂ ਕੂੜੇ 'ਚੋਂ ਇਹਨਾਂ ਲੱਭ ਲਿਆ ਹੋਏਗਾ। ਦੂਸਰੀ ਕੁੜੀ ਨੇ ਨੀਵਾਂ ਜਿਹਾ ਮਰਦਾਵਾਂ ਕਮੀਜ਼ ਪਾਇਆ ਹੋਇਆ, ਕਮੀਜ਼ ਦੇ ਸਾਰੇ ਬਟਨ ਟੁੱਟੇ ਹੋਏ ਨੇ, ਹੇਠਾਂ ਸਿਰਫ ਨਿੱਕਰ ਪਾਈ ਹੈ। ਉਹਦੀਆਂ ਕਾਲੀਆਂ ਸੁੱਕੀਆਂ ਅਤੇ ਮੈਲੀਆਂ ਜਿਹੀਆਂ ਲੱਤਾਂ ਪਹਿਲੀ ਨਜ਼ਰ ਵੇਖਣ 'ਤੇ ਹੱਡ ਮਾਸਦੀਆਂ ਨਹੀਂ ਲੱਗਦੀਆਂ। ਉਹਦੇ ਸਿਰ ਦੇ ਵਾਲ ਜਟਾਂ ਬਣੇ ਹੋਏ ਹਨ, ਗੋਡਿਆਂ ਗਿੱਟਿਆਂ ਉੱਪਰ ਜੰਮੀ ਮੈਲ ਸਾਫ਼ ਦਿਸ ਰਹੀ ਹੈ। ਅੱਜ ਸਵੇਰੇ ਉਹ ਮੈਰਿਜ ਪੈਲੇਸ ਦੇ ਬਾਹਰ ਆ ਕੇ ਬੈਠ ਗਈਆਂ ਸਨ। ਜਿਵੇਂ ਉਹਨਾਂ ਨੂੰ ਪਤਾ ਚੱਲਦਾ ਇੱਥੇ ਕੋਈ ਬਰਾਤ ਆਉਣ ਵਾਲੀ ਹੈ, ਕੁਝ ਖਾਣ ਲਈ ਅਤੇ ਬਰਾਤੀਆਂ ਤੋਂ ਕੁਝ ਮੰਗਣ ਦੇ ਲਾਲਚ ਵਿੱਚ ਇੱਥੇ ਆ ਬੈਠਦੀਆਂ ਹਨ। ਹੋਰ ਵੀ ਬਥੇਰੇ ਆਉਂਦੇ ਹਨ, ਖੁਸਰੇ, ਮਰਾਸੀ, ਭੰਡ, ਸ਼ਹਿਰ ਦੇ ਬਾਹਰ ਭਾਰਤ ਬਸਤੀ ਵਿੱਚ ਰਹਿੰਦੀਆਂ ਨੱਚਣ ਵਾਲੀਆਂ ਦਾ ਟੋਲਾ ਜਿਹੜਾ ਬਰਾਤੀਆਂ ਦੀਆਂ ਜੇਬਾਂ 'ਚੋਂ ਧੱਕੇ ਨਾਲ ਰੁਪਏ ਕੱਢਣ ਤੱਕ ਜਾਂਦਾ। ਅਜੇ ਇਹਨਾਂ 'ਚੋਂ ਕੋਈ ਨਹੀਂ ਆਇਆ। ਇਹੋ ਜਿਹੇ ਵੇਲਿਆਂ 'ਤੇ ਇਹ ਜਾਣਦੇ ਹਨ ਕਿਸ ਸਮੇਂ ਜਾਣਾ। ਪਤਾ ਉਦੋਂ ਹੀ ਲੱਗਦਾ ਜਦੋਂ ਅਚਾਨਕ ਡੱਫ ਜਾਂ ਪੈਰਾਂ ਦੀਆਂ ਝਾਂਜਰਾਂ ਛਣਕਣ ਲੱਗਦੀਆਂ ਹਨ। ਅੱਜ ਹਾਲੀ ਇਹ ਦੋਵੇਂ ਕੁੜੀਆਂ ਹੀ ਹਨ, ਮੁੱਖ ਦੁਆਰ ਦੇ ਬਾਹਰ ਬੀਨ ਵਾਜੇ ਵਾਲੇ ਪਰੇਡ ਕਰਨ ਵਾਲਿਆਂ ਵਾਂਗ ਸਾਵਧਾਨ ਹਨ ਅਤੇ ਆਪਣੇ ਰਿੰਗ ਮਾਸਟਰ ਦੇ ਇਸ਼ਾਰੇ ਦੀ ਉਡੀਕ ਵਿੱਚ ਹਨ। ਕੁੜੀਆਂ ਕੱਛਾਂ 'ਚ ਬਾਟੀਆਂ ਘੁੱਟੀ ਹੌਲੀ ਹੌਲੀ ਮੈਰਿਜ ਪੈਲੇਸ ਦੇ ਮੁੱਖ ਦੁਆਰ ਲਾਗੇ ਆਉਂਦੀਆਂ ਹਨ। ਅੰਦਰਲੀ ਗਹਿਮਾ ਗਹਿਮੀ ਵੱਲ ਟਿਕ ਟਿੱਕੀ ਲਗਾ ਕੇ ਵੇਖਣ ਲੱਗਦੀਆਂ ਹਨ। ਕੋਲੋਂ ਦੀ ਲੰਘਦੀਆਂ ਵਿਆਹ 'ਚ ਸ਼ਾਮਲ ਹੋਣ ਜਾ ਰਹੀਆਂ ਔਰਤਾਂ ਦੀਆਂ ਚਮਕਦੀਆਂ ਸਾੜੀਆਂ ਅਤੇ ਲਿਸ਼ਕਦੇ ਗਹਿਣਿਆਂ ਤੋਂ ਡਰਦੀਆਂ ਪਿੱਛੇ ਵੀ ਹਟ ਜਾਂਦੀਆਂ, ਪਰ ਹੌਲੀ ਹੌਲੀ ਫਿਰ ਅਗਾਂਹ ਸਰਕ ਆਉਂਦੀਆਂ, ਬੈਠ ਜਾਂਦੀਆਂ। ਉਹ ਦੇਖਦੀਆਂ ਹਨ, ਦਰਬਾਨ ਦੀ ਨਿਗਾਹ ਉਹਨਾਂ ਵਿੱਚ ਹੀ ਹੈ। ਇੱਕ ਸੂਟ ਬੂਟ ਅਤੇ ਟਾਈ ਪਹਿਨੀ ਵਾਲਾ ਮਰਦ ਦਰਬਾਨ ਨੂੰ ਕਹਿੰਦਾ ਅਤੇ ਉਹਨਾਂ ਵੱਲ ਝਾਕਦਾ ਤਾਂ ਦਰਬਾਨ ਡਰਾਉਣੀਆਂ ਅੱਖਾਂ ਨਾਲ ਉਹਨਾਂ ਨੂੰ ਘੂਰਦਾ। ਦੋਵੇਂ ਕਾਹਲੀ ਨਾਲ ਆਪਣੀਆਂ ਬਾਟੀਆਂ ਕੱਛ 'ਚ ਦਬਾ ਕੇ ਉੱਠ ਖੜ੍ਹਦੀਆਂ ਹਨ, ਥੋੜ੍ਹਾ ਪਿੱਛੇ ਹੋ ਜਾਂਦੀਆਂ ਹਨ। ਉੱਥੇ ਕੁਝ ਦਿਨ ਪਹਿਲਾਂ ਹੋਏ ਕਿਸੇ ਵਿਆਹ 'ਚ ਵਰਤੀਆਂ ਫੁੱਲ ਮਾਲਾਵਾਂ ਪਈਆਂ ਹਨ, ਕੁੜੀਆਂ ਚੁੱਕ ਲੈਂਦੀਆਂ ਹਨ। ਨਿੱਕੀ ਕੁੜੀ ਮੁਰਝਾਏ ਫੁੱਲਾਂ ਨੂੰ ਸੁੰਘ ਕੇ ਭੈੜਾ ਜਿਹਾ ਮੂੰਹ ਬਣਾਉਂਦੀ ਹੈ। ਫਿਰ ਦੋਵੇਂ ਹਾਰਾਂ ਨਾਲ ਖੇਡਣ ਲੱਗਦੀਆਂ ਹਨ, ਇੱਕ ਦੂਜੀ ਦੇ ਗਲ 'ਚ ਹਾਰ ਪਾਉਂਦੀਆਂ ਹਨ। ਜਦੋਂ ਨਿੱਕੀ ਕੁੜੀ ਵੱਡੀ ਦੇ ਗਲ 'ਚ ਹਾਰ ਪਾਉਂਦੀ ਹੈ ਤਾਂ ਆਖਦੀ ਹੈ, ਤੂੰ ਮੇਰਾ ਘਰ ਵਾਲਾ ਹੱਥ। ਨਿੱਕੀ ਦੇ ਸਿਰ 'ਚ ਧੱਫਾ ਮਾਰਦਿਆਂ ਵੱਡੀ ਖੁੱਲ੍ਹ ਕੇ ਹੱਸਣ ਲੱਗਦੀ ਹੈ, ਜ਼ੋਰ ਜ਼ੋਰ ਨਾਲ ਆਪਣੇ ਸਿਰ 'ਚ ਖੁਜਲੀ ਕਰਨ ਲੱਗਦੀ ਹੈ। ਸਿਰ ਖੁਰਕਣ ਕਾਰਨ ਨਹੁੰਾਂ 'ਚ ਫਸੀ ਸਿੱਕਰੀ ਵੇਖਣ ਲੱਗਦੀ ਹੈ ਅਤੇ ਨਹੁੰ ਪੁੰਜੇ ਰਗੜਨ ਲੱਗ ਪੈਂਦੀ ਹੈ। ਹੁਣ ਤੂੰ ਮੇਰੇ ਗਲ 'ਚ ਹਾਰ ਪਾ, ਨਿੱਕੀ ਕੁੜੀ ਕਹਿੰਦੀ ਹੈ।
ਵੱਡੀ ਇੱਕ ਹੱਥ ਨਾਲ ਫਿਰ ਸਿਰ ਖੁਰਕਣ ਲੱਗਦੀ ਹੈ ਅਤੇ ਦੂਜੇ ਹੱਥ ਨਾਲ ਨਿੱਕੀ ਦੇ ਗਲ 'ਚ ਹਾਰ ਪਾ ਦਿੰਦੀ ਹੈ। ਮੈਂ ਤੇਰੀ ਬਹੂ ਆਖ ਕੇ ਨਿੱਕੀ ਪਹਿਲਾਂ ਸ਼ਰਮਾਉਂਦੀ ਹੈ, ਫਿਰ ਹੱਸਣ ਲੱਗਦੀ ਹੈ। ਉਹ ਵੱਡੀ ਨਾਲੋਂ ਜ਼ਿਆਦਾ ਸ਼ਰਾਰਤੀ ਲੱਗਦੀ ਹੈ, ਹੁਣ ਲਾਚੜ ਗਈ ਹੈ। ਦੋਵੇਂ ਬਾਹਰ ਬਾਹਾਂ ਖਿਲਾਰ ਕੇ ਘੁੰਮਣ ਲੱਗਦੀ ਹੈ। ਵੱਡੀ ਨੂੰ ਗਲਵੱਕੜੀ ਪਾ ਕੇ ਉਸ ਉੱਪਰ ਲਿਟ ਜਾਂਦੀ ਹੈ। ਦੋਵੇਂ ਜਣੀਆਂ ਹੱਸਦੀਆਂ ਲੋਟ ਪੋਟ ਹੋਣ ਲੱਗਦੀਆਂ ਹਨ। ਦਰਬਾਨ ਦਾ ਦਬਕਾ ਸੁਣਦਾ ਹੱਪ, ਦੋਵੇਂ ਠਠੰਬਰ ਜਾਂਦੀਆਂ, ਕਾਹਲੀ ਨਾਲ ਉੱਠਦੀਆਂ, ਆਪਣੀਆਂ ਬਾਟੀਆਂ ਚੁੱਕ ਕੇ ਪਿਛਾਂ ਦੌੜ ਜਾਂਦੀਆਂ। ਇੰਨੇ 'ਚ ਮੈਰਿਜ ਪੈਲੇਸ ਦੇ ਇੱਕ ਪਾਸਿਓਂ ਦਰਵਾਜ਼ਾ ਖੁੱਲ੍ਹਦਾ ਹੈ। ਇੱਕ ਬਹਿਰਾ ਬਰਾਤੀਆਂ ਅਤੇ ਮੇਲਣਾਂ ਦੀ ਜੂਠ ਵਾਲਾ ਪਲਾਸਟਿਕ ਦਾ ਡਰੰਮ ਬਾਹਰ ਆ ਕੇ ਢੇਰੀ ਕਰ ਦਿੰਦਾ ਹੈ। ਦੋਹਾਂ ਕੁੜੀਆਂ ਦੀਆਂ ਅੱਖਾਂ 'ਚ ਚਮਕ ਆ ਜਾਂਦੀ ਹੈ, ਪਰ ਉੱਥੇ ਤਾਂ ਪਹਿਲਾਂ ਹੀ ਖੜ੍ਹੇ ਕੁੱਤੇ ਅਤੇ ਅਵਾਰਾ ਗਊਆਂ ਜੂਠ ਦੁਆਲੇ ਹੋ ਜਾਂਦੇ। ਦੋਵੇਂ ਇੱਕ ਦੂਸਰੀ ਵੱਲ ਵੇਖਦੀਆਂ ਹੈ। ਵੱਡੀ ਕੁੜੀ ਗਊਆਂ ਅਤੇ ਕੁੱਤਿਆਂ ਨੂੰ ਵੇਖ ਕੇ ਨੱਕ ਚੜ੍ਹਾਉਂਦੀ ਹੈ, ਨਿੱਕੀ ਕੁੜੀ ਉਹਦੀ ਬਾਂਹ ਫੜ ਕੇ ਜੂਠ ਦੇ ਢੇਰ ਵੱਲ ਖਿੱਚਦੀ ਹੈ। ਅਜੇ ਨਹੀਂ ਜਾਣਾ, ਛੱਡ, ਵੱਡੀ ਝਿੜ ਕੇ ਬਾਂਹ ਛੁਡਾ ਲੈਂਦੀ ਹੈ ਅਤੇ ਨਿੱਕੀ ਰੋਣ ਲੱਗਦੀ ਹੈ। ਉਹ ਦੇਖ, ਨਿੱਕੀ ਨੂੰ ਵਰਚਾਉਣ ਲਈ ਵੱਡੀ ਮੈਰਿਜ ਪੈਲੇਸ ਦੇ ਅੰਦਰ ਇਸ਼ਾਰਾ ਕਰਦੀ ਹੈ। ਬਰਾਤੀ ਹੱਥਾਂ 'ਚ ਪਲੇਟਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਹੇ ਹਨ, ਬੈਰੀ ਟ੍ਰੇਆਂ ਲਈ ਘੁੰਮ ਰਹੇ ਹਨ। ਸਾਹਮਣੇ ਦਿਸਦੀ ਦੀਵਾਰ ਦੇ ਨਾਲ ਨਾਲ ਖਾਣ ਪੀਣ ਦੇ ਲੱਗੇ ਸਟਾਲਾਂ ਉੱਤੇ ਭੀੜ ਹੈ। ਦੋਵਾਂ ਦੀਆਂ ਅੱਖਾਂ 'ਚ ਤਰਸੇਵਾਂ ਹੈ, ਦੋਵਾਂ ਦੇ ਮੂੰਹ ਖੁੱਲ੍ਹੇ ਹੋਏ ਹਨ, ਲਗਾਤਾਰ ਉਹ ਖਾਂਦੇ ਲੋਕਾਂ ਵੱਲ ਤੱਕੀ ਜਾ ਰਹੀਆਂ ਹਨ। ਨਿੱਕੀ ਕੁੜੀ ਦੇ ਅੰਦਰੋਂ ਹੌਕਾ ਨਿਕਲਦਾ ਹੈ ਜਿਵੇਂ ਹਟਕੋਰਾ ਲਿਆ ਹੋਵੇ। ਕੀ ਹੋਇਆ, ਵੱਡੀ ਪੁੱਛਦੀ ਹੈ। ਭੁੱਖ ਲੱਗੀ ਹੈ, ਛੋਟੀ ਕਹਿੰਦੀ ਹੈ। ਮੈਨੂੰ ਵੀ, ਹੁਣ ਵੱਡੀ ਦਾ ਵੀ ਹੌਕਾ ਸੁਣਦਾ ਹੈ। ਜੂਠ ਦੇ ਢੇਰ 'ਤੇ ਕੁੱਤੇ ਅਚਾਨਕ ਗਊਆਂ ਨੂੰ ਭੌਂਕਣ ਲੱਗਦੇ ਹਨ, ਕੁੜੀਆਂ ਉੱਧਰ ਦੇਖਣ ਲੱਗਦੀਆਂ। ਉਦੋਂ ਹੀ ਭੰਡਾਂ ਦੀ ਟੋਲੀ ਆ ਕੇ ਡਫਲੀ ਕੁੱਟਣ ਲੱਗਦੀ ਹੈ। ਵਧਾਈਆਂ ਮੁੰਡੇ ਦੇ ਪਿਓ ਨੂੰ, ਵਧਾਈਆਂ, ਜੜ ਹਰੀ ਰਹੇ। ਉਦੋਂ ਹੀ ਨੱਚਣ ਵਾਲੀਆਂ ਦਾ ਇੱਕ ਜੱਥਾ ਆ ਕੇ ਬੋਲੀ ਪਾ ਕੇ ਨੱਚਣ ਲੱਗਦਾ ਇਹ ਦਿਨ ਸ਼ਗਨਾਂ ਦਾ। ਮੈਰਿਜ ਪੈਲੇਸ ਦੇ ਅੰਦਰ ਬੀਨ ਵਾਜਾ ਵੱਜਣ ਲੱਗਦਾ ਹੈ। ਰਿੰਗ ਮਾਸਟਰ ਤਰ੍ਹਾਂ ਤਰ੍ਹਾਂ ਦੇ ਇਸ਼ਾਰੇ ਕਰਕੇ ਕਰਤੱਵ ਦਿਖਾ ਰਿਹਾ। ਦਰਬਾਨ ਡਾਂਗ ਅਤੇ ਵਰਦੀ ਦੇ ਰੂਪ ਨਾਲ ਸਭ ਮੰਗਣ ਵਾਲਿਆਂ ਨੂੰ ਮੁੱਖ ਗੇਟ ਤੋਂ ਕਾਫੀ ਪਿੱਛੇ ਰਹਿਣ ਲਈ ਬਾਰ ਬਾਰ ਦਬਕੇ ਮਾਰਦਾ। ਦੋਵੇਂ ਕੁੜੀਆਂ ਸਭਨਾਂ ਤੋਂ ਪਿੱਛੇ ਪਹਿਲਾਂ ਕਾਫੀ ਦੇਰ ਖੜ੍ਹੀਆਂ ਰਹੀਆਂ, ਹੁਣ ਚੌਂਕੜੀ ਮਾਰ ਕੇ ਬੈਠ ਗਈਆਂ ਹਨ, ਸ਼ਾਇਦ ਥੱਕ ਗਈਆਂ ਹਨ। ਸਿਲਵਰ ਦੀਆਂ ਬਾਟੀਆਂ ਕੋਲ ਰੱਖੀਆਂ ਹਨ, ਹੱਥਾਂ 'ਚ ਪਲੇਟਾਂ ਫੜੀ ਖਾਂਦੇ ਬਰਾਤੀਆਂ ਵੱਲ ਵੇਖਦੀਆਂ। ਦੋਵੇਂ ਕੁੜੀਆਂ ਬੁੱਲ੍ਹਾਂ ਉੱਤੇ ਜੀ ਫੇਰ ਰਹੀਆਂ ਹਨ। ਬਰਾਤੀ ਇੱਕ ਦੂਜੇ ਦੇ ਮੂੰਹਾਂ 'ਚ ਮਠਿਆਈ ਪਾ ਰਹੇ ਹਨ। ਆਪਾਂ ਵੀ ਖਾਈਏ, ਨਿੱਕੀ ਪੁੱਛਦੀ ਹੈ। ਕੀ, ਵੱਡੀ ਹੈਰਾਨ ਹੁੰਦੀ ਹੈ। ਉਹ ਸਾਰਾ ਕੁਛ, ਨਿੱਕੀ ਦੀ ਨਜ਼ਰ ਅਜੇ ਵੀ ਖਾਂਦੇ ਬਰਾਤੀਆਂ ਉੱਪਰ ਹੈ। ਕਿਵੇਂ, ਅੱਖਾਂ ਮੀਟ, ਪਹਿਲਾਂ ਫਿਰ ਦੱਸੂ। ਕਿਉਂ ਮੀਟਾਂ, ਐਵੇਂ ਦੱਸ ਨਾ, ਅੱਖਾਂ ਮੀਚ ਪਹਿਲਾਂ। ਮੈਂ ਨਹੀਂ ਮੀਚਣੀਆਂ, ਮੈਂ ਫਿਰ ਦੱਸਣਾ ਹੀ ਨਹੀਂ, ਨਿੱਕੀ ਉਹਨੂੰ ਚੜਾਉਂਦੀ ਹੈ। ਠੀਕ ਹੈ ਬਾਬਾ, ਲੈ। ਵੱਡੀ ਕੁੜੀ ਅੱਖਾਂ ਉੱਪਰ ਹੱਥ ਰੱਖ ਲੈਂਦੀ ਹੈ। ਪਹਿਲਾਂ ਹਲਵਾ ਖਾਣਾ ਕਿ ਰਸਗੁੱਲੇ, ਨਿੱਕੀ ਪੁੱਛਦੀ ਹੈ। ਕਿੱਥੇ ਹੈ, ਹੈਰਾਨ ਹੋ ਕੇ ਵੱਡੀ ਕਾਹਲੀ ਨਾਲ ਅੱਖਾਂ ਉੱਪਰੋਂ ਹੱਥ ਚੁੱਕ ਲੈਂਦੀ ਹੈ। ਅੱਖਾਂ ਮੀਟ ਕੇ ਆਪਾਂ ਖਾਣਾ ਖਾਣ ਖਾਣ ਖੇਡਾਂਗੇ, ਐਵੇਂ ਐਵੇਂ। ਹਾਂ, ਖੇਡੀਏ। ਵੱਡੀ ਨੂੰ ਇਹ ਖੇਡ ਚੰਗੀ ਲੱਗੀ। ਦੋਵੇਂ ਖਾਲੀ ਬਾਟੀਆਂ ਵਿੱਚੋਂ ਅੱਖਾਂ ਮੀਟ ਕੇ ਹਲਵਾ ਖਾਣ ਲੱਗਦੀਆਂ ਹਨ, ਉਂਗਲਾਂ ਚੱਟਣ ਲੱਗਦੀਆਂ ਹਨ। ਹਾਈ, ਕਿੰਨਾ ਸਵਾਦ ਹੈ ਨੀ, ਆਖਦਿਆਂ ਨਿੱਕੀ ਦੇ ਬੋਲਾਂ 'ਚ ਹੌਕਾ ਰਲਿਆ। ਮੇਰਾ ਤਾਂ ਮੁੱਕ ਗਿਆ, ਵੱਡੀ ਕਹਿੰਦੀ ਹੈ। ਮੇਰਾ ਵੀ, ਹੁਣ ਆਪਾਂ ਰਸਗੁੱਲੇ ਖਾਈਏ, ਵੱਡੀ ਕਹਿੰਦੀ ਹੈ। ਉਹ ਫਿਰ ਅੱਖਾਂ ਬੰਦ ਕਰ ਲੈਂਦੀਆਂ। ਐਵੇਂ ਕਦੇ ਉਹ ਮੁਰਗਾ ਖਾਣ ਲੱਗਦੀਆਂ, ਕਦੇ ਚੌਲ, ਕਦੇ ਦਹੀਂ ਬੂੰਦੀ। ਨਿੱਕੀ ਕੁੜੀ ਆਪਣੇ ਲਹਿੰਗੇ ਉੱਪਰ ਮੁਰਗੇ ਦੀ ਤਰੀ ਡੁੱਲ ਜਾਣ ਦਾ ਨਾਟਕ ਕਰਦੀ ਹੈ। ਕਦੇ ਦੋਹਾਂ ਦੇ ਮੂੰਹ ਲਿਬੜ ਜਾਂਦੇ ਹੈ, ਉਹ ਇੱਕ ਦੂਜੇ ਦਾ ਮੂੰਹ ਪੂੰਝਦੀਆਂ ਹਨ। ਫਿਰ ਉਹਨਾਂ ਨੂੰ ਖਾ ਕੇ ਸੁੱਟੇ ਆਈਸਕ੍ਰੀਮ ਦੇ ਕੱਪ ਦਿਸ ਗਏ। ਉਹ ਕੱਪਾਂ 'ਚੋਂ ਆਈਸਕ੍ਰੀਮ ਖਾਣ ਲੱਗੀਆਂ। ਠੰਡੀ ਹੈ ਨਾ,
ਨਿੱਕੀ ਵੱਡੀ ਨੂੰ ਪੁੱਛਦੀ ਹੈ, ਮੇਰੇ ਵਾਲੀ ਤਾਂ ਗਰਮ ਹੈ। ਆਖ ਕੇ ਵੱਡੀ ਹੱਸਦੀ ਹੈ, ਨਿੱਕੀ ਵੀ ਹੱਸਣ ਲੱਗਦੀ ਹੈ। ਹੱਸਦੀ ਹੱਸਦੀ ਆਈਸਕ੍ਰੀਮ ਵਾਲਾ ਖਾਲੀ ਕੱਪ ਦੂਰ ਵਗਾ ਮਾਰਦੀ ਹੈ ਅਤੇ ਆਪਣੀ ਬਾਟੀ ਨਾਲ ਮੂੰਹ ਢੱਕ ਲੈਂਦੀ ਹੈ। ਕੀ ਹੋਇਆ ਨਹੀਂ, ਕੁਲਫੀ ਸਵਾਦ ਨਹੀਂ ਲੱਗੀ? ਵੱਡੀ ਨਿੱਕੀ ਦੇ ਮੂੰਹ ਤੋਂ ਬਾਟੀ ਪਰੇ ਕਰਨ ਦਾ ਯਤਨ ਕਰਦੀ ਹੈ। ਨਿੱਕੀ ਕੁਛ ਨਹੀਂ ਬੋਲਦੀ, ਉਵੇਂ ਬੈਠੀ ਹੈ। ਉਹ ਦੇਖ ਨਹੀਂ, ਫੁੱਲਾਂ ਵਾਲੀ ਕਾਰ ਆਈ ਨਹੀਂ? ਨਿੱਕੀ ਅਜੇ ਵੀ ਉਵੇਂ ਬੈਠੀ ਹੈ, ਦੱਸਦੀ ਨਹੀਂ ਕੀ ਹੋਇਆ। ਵੱਡੀ ਖਿੱਚ ਕੇ ਨਿੱਕੀ ਦੀ ਪਿੱਠ 'ਚ ਮੁੱਕਾ ਮਾਰਦੀ, ਭੁੱਖ ਲੱਗੀ ਹੈ ਆਖਦਿਆਂ ਨਿੱਕੀ ਦਾ ਰੋਣ ਨਿਕਲ ਜਾਂਦਾ। ਮੈਨੂੰ ਵੀ ਲੱਗੀ ਹੈ, ਵੱਡੀ ਦਾ ਮੂੰਹ ਵੀ ਰੋਣ ਹਾਕਾ ਹੋ ਜਾਂਦਾ। ਮੈਰਿਜ ਪੈਲੇਸ ਅੰਦਰ ਸ਼ਰਾਬ ਦੇ ਰੱਜੇ ਬਰਾਤੀ ਭੰਗੜਾ ਪਾਉਣ ਲੱਗਦੇ ਹਨ। ਮੈਂ ਤਾਂ ਕੱਲ੍ਹ ਮਾਂ ਨਾਲ ਕੰਮ 'ਤੇ ਜਾਊਂਗੀ, ਵੱਡੀ ਕਹਿੰਦੀ ਹੈ। ਮੈਂ ਵੀ, ਤੂੰ ਤਾਂ ਅਜੇ ਨਿੱਕੀ ਹੈ, ਤੂੰ ਘਰ ਰਹੀਂ। ਅਤੇ ਉਹ ਦੋਵੇਂ ਖਾਲੀ ਬਾਟੀਆਂ ਕੱਛਾਂ 'ਚ ਘੁੱਟੀ ਆਪਣੀਆਂ ਝੁੱਗੀਆਂ ਵੱਲ ਤੁਰ ਪੈਂਦੀ ਹੈ। ਧੰਨਵਾਦ।